ਰਾਜਾ ਪਰਜਾ ਸ਼ੰਕਰ ਮਾਰੇ ਐਸੋ ਕਾਲ ਵਡਾਨੀ ਕਾਲ ਦੀ ਮਾਂ ਇਤਨੀ ਲੰਬੀ ਹੈ ਸਭ ਉਹਦੇ ਚੱਕਰ ਵਿੱਚ ਹੈ ਰਾਜਾ ਪਰਜਾ ਕਿਸੇ ਦੀ ਲਿਹਾਜ਼ ਨਹੀਂ ਕਰਦਾ ਕੋਈ ਉਸ ਤੋਂ ਬਲੀ ਨਹੀਂ ਜਦੋਂ ਚਾਰੇ ਗੱਲਾਂ ਸਾਹਮਣੇ ਆ ਗਈਆਂ ਪ੍ਰਾਣ ਮੁੱਕ ਗਏ ਅਨਜਲ ਮੁੱਕ ਗਿਆ ਉਹ ਜਗ੍ਹਾ ਆ ਗਈ ਜਿੱਥੇ ਸਰੀਰ ਦਾ ਅੰਤ ਹੋਣਾ ਉਹ ਬਣਤ ਬਣ ਗਈ ਕੋਈ ਵੀ ਬਿਮਾਰੀ ਸ਼ਸਤਰ ਜਾਂ ਐਕਸੀਡੈਂਟ ਆਦਿ ਕੁਛ ਵੀ ਤੋ ਜਦੋਂ ਚਾਰ ਗੱਲਾਂ ਆ ਗਈਆਂ ਇਹ ਚਾਰ ਨਿਮਿਤ ਬਣ ਗਏ ਫਿਰ ਕਿਸੇ ਦੀ ਤਾਕਤ ਨਹੀਂ ਇਸ ਨੂੰ ਰੱਖ ਸਕੀ ਇਉਂ ਦਸ ਦਿਨ ਭਾਵੇਂ ਰਾਜਾ ਹੈ ਭਾਵੇਂ ਪਰਜਾ ਹੈ ਫਿਰ ਕਬੀਰ ਜੀ ਤੋਂ ਪੁੱਛਿਆ ਭਗਤ ਜੀ ਭਲਾ ਕੋਈ ਐਸਾ ਵੀ ਹੈ ਜੋ ਕਾਲ ਦੇ ਚੱਕਰ ਤੋਂ ਪਰੇ ਹੋਵੇ ਹਾਂ ਉਹ ਕਹਿੰਦੇ ਇੱਕ ਹਨ ਉਹ ਪ੍ਰਭੂ ਦੇ ਪਿਆਰੇ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਦੇ ਉਹਨਾਂ ਉੱਪਰ ਇਹ ਸ਼ਰਤਾਂ ਆਏਦ ਨਹੀਂ ਵੀ ਅਨਜਲ ਮੁੱਕੇ ਤੇ ਹੀ ਪ੍ਰਾਣ ਮੁੱਕੇ ਤੇ ਹੀ ਉਹ ਜਗ੍ਹਾ ਜਾਂ ਉਹ ਬਣਤ ਬਣੇ ਤੇ ਹੀ ਉਹਦੇ ਸਰੀਰ ਦਾ ਅੰਤ ਹੋਵੇ ਨਹੀਂ ਉਹ ਸੁਤੰਤਰ ਹਨ ਉਹਨਾਂ ਦੀ ਬਾਤ ਕਿਉਂ ਕਹਿੰਦੇ ਹਨ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਰੇ ਕਥਾ ਨਿਰਾਰੀ ਰੇ Thank you.
के सेवक जो हर पाए तिन की कथा निरारी रे, आवे न जावे न कबू मरते पावन संगारी रे। हरी दे सेवक जेड़े हरी नू पा गए उन भी कथा ते तो न्यारी है अलैदा है, ओ जन्म मन दे चक्कर तो परे हो गए, सदाई पावन दे संगी हो गए। ਉਹਨਾਂ ਦੇ ਉੱਪਰੇ ਚਾਰ ਸ਼ਰਤਾਂ ਆਇਦਰੀ ਜਿਹੜੀਆਂ ਆਮ ਦੁਨੀਆਂ ਦੇ ਉੱਪਰ ਪਿੱਛੇ ਗਿਣੀਆਂ ਹਨ। ਦੇਖੋ ਨਾ ਪਹੁੰਚੋ ਸ੍ਰੀ ਨਦੇੜ ਸਾਹਿਬ ਹਜ਼ੂਰ ਸਾਹਿਬ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਅੱਜ ਦੁਪਹਿਰ ਦਾ ਪ੍ਰਸ਼ਾਦ ਛੱਕ ਕੇ ਆਰਾਮ ਵਸ ਹੋਏ। ਹਜ਼ੂਰੀਆ ਸੇਵਕ ਬਾਹਰ ਬੈਠਾ ਹੈ ਪੈਰੇ ਤੇ, ਆਪ ਜੀ ਨਿੰਦਰਾ ਵਸ ਹੋਏ। ਜਿਸਨੇ ਨੂੰ ਮਾਰੂ ਸ਼ਬਦ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਗੁਰੂ ਘਰ ਦੇ ਵਿੱਚ ਇਹ ਕਾਇਦਾ ਹੈ, ਜਦੋਂ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ ਹੈ ਉਦੋਂ ਮਾਰੂ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ। ਇਹ ਸ਼ਬਦ ਦੀ ਆਵਾਜ਼ ਆਪ ਜੀ ਦੇ ਕੰਨ ਵਿੱਚ ਪੈਣ ਕਰਕੇ ਜਾਗ ਖੁੱਲ ਜਾਂਦੀ ਹੈ। ਜੀ ਦੇ ਦਰ ਤੇ ਝੂਲਦੇ ਹਾਥੀ, ਜੀ ਦੇ ਦਰ ਤੇ ਆਪਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ, ਰਾਮ ਰਾਜਾ ਨੌ ਨਿਦ ਮੇਰੇ, ਸੰਪੈ ਹੇਤ ਕਲਤਨ ਤੇਰੇ, ਆਪਤ ਸੰਗ ਨ ਜਾਤ ਸੰਗਾਤੀ, ਕਾਂ ਪਿਓ ਦਰ ਬੰਧੇ ਹਾਥੀ, ਲੰਕਾ ਗੜ ਸੋਨੇ ਕਾ ਭਿਆ, ਮੂਰਖ ਰਾਵਣ ਕਿਆ ਲੈ ਗਿਆ, ਕਹਿਤ ਕਬੀਰ ਕਿਛ ਗੁਣ ਵਿਚਾਰ, ਕਿਲੇ ਜੁਆਰੀ ਦੋਏ ਹੱਥ ਚਾਰ। ਰਾਵਣ ਆਪਣੇ ਸਮੇਂ ਦੇ ਵਿੱਚ ਆਪਣਾ ਸ਼ਾਨੀ ਆਪ ਸੀ, ਬੜੇ ਬੜੇ ਦੇਵਤਾ ਜਿਸਦੇ ਕਾਬੂ ਸਨ, ਸਾਰੀਆਂ ਵਿਦਿਆਵਾਂ ਦਾ ਵੇਤਾ ਸੀ, ਚਾਰ ਵੇਦਾਂ ਦਾ ਟੀਕਾਕਾਰ ਸੀ, ਔਰ ਚੰਦਰਮਾ ਸੂਰਜ ਆਦਿ ਸਭ ਉਹਦੇ ਕਾਬੂ ਸਨ। ਹੋਰ ਕੀ ਕਹਿਣਾ ਹੈ, ਮੌਤ ਨੂੰ ਵੀ ਉਸਨੇ ਆਪਣੇ ਪਾਵੇ ਨਾਲ ਬੰਨ੍ਹ ਛੱਡਿਆ ਹੋਇਆ ਸੀ, ਇਤਨਾ ਬਲੀ ਸੀ। ਪਰ ਜਦੋਂ ਸਮਾਂ ਆਇਆ ਉਹ ਅਜੇ ਵੀ ਤੁਰ ਗਏ। ਸੋਇਓਂ ਇਹ ਸ਼ਬਦ ਦੀ ਆਵਾਜ਼ ਗੁਰੂ ਜੀ ਦੇ ਕੰਨ ਵਿੱਚ ਪਈ, ਜਾਗ ਖੁੱਲ ਗਈ। ਸੇਵਕ ਨੂੰ ਪੁੱਛਦੇ ਨੇ ਕੀ ਗੱਲ ਹੈ, ਮਾਰੂ ਸ਼ਬਦ ਦੀ ਆਵਾਜ਼ ਆ ਰਹੀ ਹੈ। ਉਸਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ ਜੀ ਨਾ। ਜਦੋਂ ਗੁਰੂ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਉਸ ਮੌਕੇ ਪੰਜਾਂ ਸਿੱਖਾਂ ਦੇ ਪਹਿਲੇ ਸਿਰ ਲਏ, ਫਿਰ ਉਹਨਾਂ ਨੂੰ